ਬਾਰਿਆ ਬੱਕਰੀਆਂ ਬਾਰਿਆ ਬੱਕਰੀਆਂ ਦਾ ਸਿਰ ਲੈਂਦੀ ਹੈ। ਇਹ ਦੇਖ ਗਿਰੀ ਹੋਈ ਕਰਨਾ ਮੈਂ ਫੀ ਕਿੱਲਾ ਰੈਪਰ ਦੀ ਕਟਿੰਗ ਦਾ ਕਿੰਨੇ ਪੈਸੇ ਲੈ ਰਹੇ ਤੁਸੀਂ? 1700 ਲੈ ਰਹੇ ਆ। ਲੋਕੀ 2-5 ਸੌ ਲੈ ਰਹੇ, ਅਸੀਂ 1700 ਲੈ ਰਹੇ ਆ। ਸਾਡੇ ਪੈਮਲੀਕਮ ਦੋਸਤੋ, ਇਹ ਗਿਰੀ ਹੋਈ ਗੰਦਾ ਮੈਂ ਇਹ ਜੀ ਹਮਾਰੇ ਸਾਹ ਜੀ ਗਿਰੀ ਹੋਈ ਗੰਦਮ ਰੈਪਰ ਸੇ ਕਟਿੰਗ ਕਰੇਂਗੇ। ਤਜਰਬਾ ਇਸੀ ਚੀਜ਼ ਕਾ ਨਾਮ ਹੈ। ਅਭੀ ਤਜਰਬਾ ਹੈ ਕਿ ਇਹ ਗਿਰੀ ਹੋਈ ਗੰਦਮ ਹੈ ਨਾ ਜੋ ਯੇ ਤਰੀਕੇ ਸੇ ਕਾਟੇਂਗੇ। ਉਹਨੇ ਆਪਣੇ ਹਿਸਾਬ ਸੇ ਜੋ ਹੈ ਨਾ ਸਟਾਰਟ ਕੀਆ ਰੈਪਰ। ਇਹ ਗਿਰੀ ਹੋਈ ਗੰਦਮ ਜੋ ਹੈ ਨਾ ਰੈਪਰ ਕੇ ਸਾਥ ਕਟਿੰਗ ਕਰ ਰਹੇ ਹੋ ਸਾਹ ਜੀ, ਕਮਾਲ ਹੈ, ਕਮਾਲ ਹੈ, ਕਮਾਲ ਕਾ ਤਜਰਬਾ ਹੈ। ਇਹ ਦੇਖੇ ਗਿਰੀ ਹੋਈ ਹੈ ਗੰਦਮ ਸਾਰੀ, ਇਹ ਬੜੇ ਤਰੀਕੇ ਕੇ ਸਾਥ ਕਟਿੰਗ ਹੋ ਰਹੀ ਹੈ, ਬਗੈਰ ਜ਼ਾਇਆ ਹੋਇਆ। ਇਸਮੇ ਐਕਸਪੀਰੀਅੰਸ ਵੀ ਜ਼ਿਆਦਾ ਚਾਹੀਏ ਔਰ ਟਾਈਮ ਵੀ ਜ਼ਿਆਦਾ ਵੇਸਟ ਹੋਤਾ ਹੈ, ਟਾਈਮ ਜ਼ਿਆਦਾ ਵੇਸਟ ਹੋਤਾ ਹੈ, ਮਗਰ ਇਹਨਾਂ ਨੇ ਕਿਹਾ ਕਿ ਕੋਈ ਮਸਲਾ ਨਹੀਂ, ਹਮ ਕਟਿੰਗ ਕਰੇਂਗੇ। ਇਹ ਸਾਰੀ ਜਿਤਨੀ ਜ਼ਮੀਨ ਹੈ ਵਹਾਂ ਤੱਕ, ਵਹਾਂ ਸੇ ਯਹਾਂ ਤੱਕ, ਅਤੇ ਸਾਹ ਜੀ ਨੇ ਕਟਿੰਗ ਕੀ ਆ। ਇਹ ਦੇਖ ਲਏ ਇਸ ਤਰ੍ਹਾਂ ਗਿਰੀ ਗੰਦਮ ਜੋ ਹੈ ਨਾ ਰੈਪਰ ਸੇ ਕਟਿੰਗ ਹੋ ਰਹੀ ਹੈ। ਔਰ ਇਹ ਦੇਖ ਸਕਦੇ ਹੈ ਇੱਕ ਵੀ ਜੋ ਤਿੰਖਾ ਨਾ ਹਲਕੀ ਸੀ ਗੰਦਮ ਵੀ ਜ਼ਾਇਆ ਨਹੀਂ ਹੋਈ। ਇਹ ਦੇਖ ਲਓ ਗਿਰੀ ਹੋਈ ਗੰਦਮ ਹੈ। ਇੱਥੇ ਰੁਕੋ, ਇੱਥੇ ਖੜਾ ਹੋਣਾ। ਚਲੋ ਜੀ ਸਾਰੀ ਗੰਦਮ ਗਿਰੀ ਕਾਟੀ ਹੋਈ ਹੈ ਸਾਰੀ। ਇਹ ਦੇਖੇ ਟੇਢੀ ਜਿਤਨੀ ਵੀ ਕਟਿੰਗ ਹੋਈ ਹੈ, ਇਹ ਫਸਲ ਗਿਰੀ ਦੀ ਚੈੱਕ ਕਰ ਸਕਦੇ ਹੈ।
ये उस्ताद का तजर्बा ज्यादा है जिस वजह से ये रैपर से कटिंग हो गई, यानी कोई हाथ से कटिंग होनी थी। देख लें कोई सिट्टा नहीं नीचे बचा, सारी गिरी हुई गंदम ये इकट्ठी की है। ये तजर्बा है जी। हाँ जी उस्ताद जी, वैसे मैंने उम्मीद कोई नहीं सी, चस कराती डिगी कणक वड छी उस्ताद जी। डिगी कणक बगैर सिटा जाया हो सारे फिर के बहाती है अपने हिसाब ना। चो उस्ताद उन्होंने टेढ़ा रैपर फेरिया, सारी वढ़ दिती है तरतीब नाल, जाया नहीं होन दिती। अस्सलामु अलैकुम उस्ताद जी। वालेकुम सलाम। अच्छा उस्ताद जी, कुछ लोग कह रहे हैं कि रेट बड़े हाई आ कटिंग दे, ए फी किला रैपर दी कटिंग दा किन्ने पैसे ले रहे तुसी? 1700 ले रहे हैं। लोग 2-500 ले रहे हैं, 1700 ले रहे हैं। साढ़े पिंड दे विच 3500 तो 3000 ते मतलब के 30 किलो दाने लेंदे सीगे, जेदी मालियत 3000 रुपया बनदी है। असीं 1700 ले रहे हैं। और तुसी 1700 ले रहे हैं। सोच भी बचदे रुपये। ਇਹ ਤੁਸੀਂ ਬਹੁਤ ਅੱਛਾ ਕਾ ਤੁਹਾਡੇ ਜ਼ਿਹਨ ਚ ਕੀ ਆਇਆ ਜਿਹੜਾ ਤੁਸੀਂ 1700 ਰੁਪਏ ਦੇ ਹਿਸਾਬ ਨਾਲ ਲੋਕਾਂ ਨੂੰ ਫਾਇਦਾ ਦਿਓ, ਥੋੜੇ ਲੋਕੀ ਸਿੱਧੇ ਹੋ ਜਾਣ। ਠੀਕ ਹੋ ਗਿਆ, ਮਤਲਬ ਕਿ ਤੁਹਾਡੇ ਦਿਲ ਚ ਹਮਦਰਦੀ ਹੈ ਕਿ ਕਿਸਾਨ ਮਾੜਾ ਆਦਮੀ ਆ। ਕਿਸਾਨ ਮਾੜਾ ਆਦਮੀ ਆ, ਅਸੀਂ ਥੋੜੇ ਜਿਹਾ ਚਲੋ ਇਹਦੇ ਵਿੱਚ ਤੁਹਾਨੂੰ ਰੋਜ਼ੀ ਬਚ ਰਹੀ ਆ। ਬਿਲਕੁਲ ਬਚਦੀ ਹੈ। ਚਲੋ ਮਾਸ਼ਾਅੱਲਾ, ਜਿਹੜੇ 3000 ਤੇ ਵੱਢ ਰਹੇ ਹੋ ਕਹਿੰਦੇ ਸਾਨੂੰ ਬਾਚ ਹੀ ਕੁਛ ਨਹੀਂ ਰਿਹਾ। ਸ਼ੁਕਰ ਅਲਹਮਦੁਲਿਲਾ, ਬਹੁਤ ਕੁਛ ਬਚਦਾ। ਲੈ ਦੇਖ ਲਓ ਜੀ, ਬਹੁਤ ਅੱਛੇ ਆ ਇਹਨਾਂ ਨੇ ਇਸ ਸੀਜ਼ਨ ਦੇ ਵਿੱਚ 1700 ਰੇਟ ਤੇ ਕਟਿੰਗ ਕੀਤੀ ਆ। ਕਿੰਨੇ ਕਿੱਲੇ ਵੱਢ ਲਏ ਤੁਸੀਂ? 300 ਕਿੱਲਾ ਵੱਢ ਲਿਆ। 300 ਕਿੱਲਾ ਵੱਢ ਲਿਆ, 300 ਕਿੱਲਾ ਵੱਢ ਲਿਆ। ਇੱਕ ਰੈਪਰ ਉਹ ਖੜਾ ਵਾ, ਇੱਕ ਰੈਪਰ ਆ ਖੜਾ ਵਾ। 1700 ਦੇ ਹਿਸਾਬ ਨਾਲ ਸਾਡੇ ਪਿੰਡ 226 9R ਦੇ ਵਿੱਚ ਇਹਨਾਂ ਨੇ ਕਟਿੰਗ ਕੀਤੀ ਆ। 300 ਕਿੱਲਾ ਪਲੱਸ ਇੱਥੇ ਕਣਕ ਵੱਢੀ ਆ। ਅਤੇ ਲੋਕ ਕਹਿ ਰਹੇ ਸੀਗੇ ਜੀ ਇਹ ਜ਼ਿਆਦਤੀ ਆ ਜਿਨ੍ਹਾਂ ਦੇ ਰੈਪਰ ਆ, ਮੇਰੀ ਨਜ਼ਰ 'ਚ ਕੋਈ ਜ਼ਿਆਦਤੀ ਨਹੀਂ। 3300 ਲੈ ਕੇ ਵੀ ਉਹ ਕਹਿ ਰਹੇ ਸਾਨੂੰ ਬਚਦਾ ਕੁਛ ਨਹੀਂ। ਅੰਕਲ ਹੋਣੀ 1700 ਦੇ ਹਿਸਾਬ ਨਾਲ, ਸੁਹੇਬ ਭਾਈ ਇਹਨਾਂ ਦੇ ਓਨਰ ਆ, ਅਤੇ 1700 ਰੁਪਏ ਦੇ ਹਿਸਾਬ ਨਾਲ ਇਹਨਾਂ ਨੇ ਕਟਿੰਗ ਕੀਤੀ ਆ ਔਰ ਕਹਿ ਰਹੇ ਆ ਕਿ ਮਾਸ਼ਾਅੱਲਾ ਸੋਹਣੀ ਰੋਜ਼ੀ ਬਣ ਗਈ ਆ। ਇਸੇ ਤਰ੍ਹਾਂ ਜੀ ਇਹ ਮੈਂ ਇੱਦਾਂ ਦੇ ਕਿਸਾਨ ਭਾਈਆਂ 'ਤੇ ਜਿਹੜੇ ਰਹਿਮ ਕਰਨ ਵਾਲੇ ਆ ਮਸ਼ੀਨਰੀ ਵਾਲੇ ਬੰਦੇ, ਮੈਂ ਉਹਨਾਂ ਨੂੰ ਸਲੂਟ ਪੇਸ਼ ਕਰਦਾ ਕਿ ਉਹਨਾਂ ਨੇ ਕਿਸਾਨ ਭਾਈਆਂ ਲਈ ਆਸਾਨੀ ਪੈਦਾ ਕੀਤੀ ਔਰ 1700 ਰੁਪਏ ਦੇ ਵਿੱਚ ਕਟਿੰਗ ਕਰਕੇ ਦਿੱਤੀ ਆ। ਇਹਦੇ ਵਿੱਚ ਤੁਹਾਨੂੰ ਨਹੀਂ ਪਤਾ ਕਿਸਾਨ ਬਹੁਤ ਰਾਜ਼ੀ ਹੁੰਦਾ, ਰੱਬ ਦੀ ਰਾਜ ਵੀ ਰਾਜ਼ੀ ਆ। ਔਰ ਕੁਛ ਲੋਕ 3500 ਲੈ ਕੇ ਵੀ ਨਹੀਂ ਰਾਜ਼ੀ, ਉਹਨਾਂ ਦੇ ਜ਼ਿਹਨ 'ਚ ਇਹ ਹੈ ਕਿ ਜ਼ਿੱਦਬਾਜ਼ੀ, ਮਗਰ ਇਹ ਜ਼ਿੱਦਬਾਜ਼ੀ ਨਹੀਂ, ਕੋਈ ਜ਼ਿੱਦਬਾਜ਼ੀ ਨਹੀਂ। ਇਹਦੇ ਵਿੱਚ ਉਹਨਾਂ ਨੇ ਆਪਣਾ ਰਿਜ਼ਕ ਕਮਾਉਣਾ, ਇਹਨਾਂ ਨੇ ਆਪਣਾ ਕਮਾਉਣਾ, ਮਗਰ ਜਿਹੜੇ ਕਿਸਾਨ ਭਾਈਆਂ ਨੇ 1.5 ਲੱਖ ਰੁਪਈਆ ਇੱਥੇ ਠੇਕਾ ਦਿੱਤਾ ਉਹਨਾਂ ਲਈ, ਇਹ ਜਿਹੜਾ ਵਾ ਜਦੋਂ ਫਸਲ ਪੱਕਦੀ ਆ ਸਾਰਾ ਦਾਰਮਦਾਰ ਇਹਦੇ ਉੱਤੇ ਹੁੰਦਾ। ਜਿੱਦਾਂ ਕਿ ਆਹ ਕਣਕ ਡਿੱਗੀ ਹੋਈ ਸੀਗੀ, ਇਹ ਵੀ 1700 ਦੇ ਹਿਸਾਬ ਨਾਲ ਵੱਢੀ ਆ। ਇੱਥੇ ਤਕਰੀਬਨ ਇੰਨੀ ਦੇਰ ਨੂੰ 3 ਕਿੱਲੇ ਵੱਢੇ ਜਾਂਦੇ ਆ, ਇਹਨਾਂ ਨੇ 1 ਵਿਘਾ ਵੱਢਿਆ ਔਰ ਡਿੱਗੀ ਕਣਕ ਉਸਤਾਦ ਉਹਨਾਂ ਨੇ ਵੱਢੀ ਆ। ਵੈਸੇ ਉਸਤਾਦ ਜੀ ਮੈਨੂੰ ਨਹੀਂ ਸੀ ਲੱਗ ਰਿਹਾ, ਮੈਂ ਅੱਜ ਤੱਕ ਨਹੀਂ ਦੇਖੀ ਡਿੱਗੀ ਕਣਕ ਜਿਹੜੀ ਰੈਪਰ ਨਾਲ ਵੱਢਦੇ ਆ। ਇਹ ਸਲੂਟ ਪੇਸ਼ ਕਰਦਾ ਤੁਹਾਡੀ ਡਰਾਈਵਰੀ ਨੂੰ, ਬਜ਼ਾਤੇ ਖੁਦ ਮੈਂ ਆਪ ਡਰਾਈਵਰ ਹਾਂ, ਅਤੇ ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ ਇਸ ਚੀਜ਼ ਲਈ ਕਿ ਤੁਸੀਂ ਇਹ ਬਹੁਤ ਅੱਛਾ ਕੰਮ ਕੀਤਾ। ਇਹ ਵਿਘਾ ਤੁਹਾਨੂੰ ਕਿੰਨੀ ਦੇਰ ਲੱਗੀ ਵੱਢਣ ਤੇ? ਮੇਰੇ ਹਿਸਾਬ ਨਾਲ 35 ਮਿੰਟ ਲੱਗ ਗਏ। ਇਹ ਵੀ 1700 ਦੇ ਵਿੱਚ, ਕਿਉਂਕਿ ਕਿਸਾਨ ਮਾੜੇ ਜਿਹੜੇ ਹੁੰਦੇ ਆ, ਕਣਕਾਂ ਡਿੱਗ ਗਈਆਂ ਬਾਰਿਸ਼ਾਂ ਨਾਲ,
ਇਹਨਾਂ ਦੇ ਦਿਲ 'ਚ ਰਹਿਮ ਆਇਆ, ਇਹਨਾਂ ਨੇ 1700 ਰੇਟ ਦੇ ਮੁਤਾਬਕ ਹੀ ਡਿੱਗੀ ਕਣਕ ਖੜ੍ਹੀ ਕਣਕ ਇਸੇ ਰੇਟ 'ਤੇ ਵੱਢੀ ਆ। ਇਸੇ ਹੀ ਅੱਜ ਦਾ ਵੀਡੀਓ ਦਾ ਇਖਤਤਾਮ ਕਰਦੇ ਹਾਂ, ਮਿਲਦੇ ਹਾਂ ਕਿ ਨਵੀਂ ਵੀਡੀਓ 'ਚ। ਤੁਸੀਂ ਥਰੈਸ਼ਰ ਵੀ ਲਾਉਣੀ ਜੀ? ਹਾਂਜੀ ਇਨਸ਼ਾਅੱਲਾ, ਅੱਜ ਰੈਪਰ ਉੱਤਰ ਜਾਣੇ ਆ, ਕੱਲ੍ਹ ਤੋਂ ਥਰੈਸ਼ਰ ਲੱਗੇਗੀ, ਉਹਦਾ ਰੇਟ ਵੀ ਤੁਹਾਨੂੰ ਦੱਸਿਆ ਜਾਏਗਾ ਇਨਸ਼ਾਅੱਲਾ। ਓਕੇ ਜੀ।